Russian Department. Hi, hi. 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 ਸਾਡੇ ਵਿਸ਼ਨਾ ਚ ਅਸ ਵਾਰਡ ਨੰਬਰ 6 ਦੇ ਆ ਉੱਤੇ ਕਿ ਰਾਸ਼ਨ ਕਾਰਡ ਜਿਹੜਾ ਰਾਸ਼ਨ ਜਿਹੜਾ ਡੀਲਰ ਉਹ ਆਦਾ ਕਿ ਅੰਗੂਠਾ ਲਾਓ ਕਰੋਨਾ ਵਾਇਰਸ ਚਲਾਦਾ ਆਦਾ ਅੰਗੂਠਾ ਲਾਓ 3 ਦਿਨ ਤਾਂ ਸਾਰੇ ਕੋਲ ਰਾਸ਼ਨ ਦਿੰਦਾ ਤੇ ਅੰਗੂਠਾ ਲਾਈਏ ਮਸ਼ੀਨ ਹੁੰਦੀ ਚਲਾਦੀ ਨਹੀਂ ਹੈ ਤੇ ਦੁਨੀਆ ਕੀ ਪਰੇਸ਼ਾਨ ਕੀਤਾ ਸਵੇਰੇ 8 ਵਜੇ ਦੇ ਆਣੀਆਂ ਫਾਹ ਲੱਗੇ ਦੇ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਅਸ ਪੀਐਸਓ ਦੇ ਕੋਲ ਗਏ ਦੇ ਹੈ ਉਹ ਚਾਹੁੰਦੇ ਨੇ ਕਿ ਆ ਚਾਹੁੰਦੇ ਆ ਕਿ ਸਾਨੂੰ ਜੋ ਵੀ ਆ ਸਾਡੀ ਸੁਵਿਧਾ ਅੱਛੀ ਮਿਲਣੀ ਚਾਹੀਦੀ ਆ ਔਰ ਇਹ ਰਾਫੇਰੀ ਨਹੀਂ ਹੋਣੀ ਚਾਹੀਦੀ ਜਿੰਦੇ ਲੋਕਾਂ ਦਾ ਰਾਸ਼ਨ ਆਦਾ ਉਹਨੇ ਕੀ ਮਿਲਣਾ ਚਾਹੀਦਾ ਹੈ ਠੀਕ ਹੈ ਜਿੰਦੇ ਲੋਕਾਂ ਦਾ ਰਾਸ਼ਨ ਆਦਾ ਉਹਨੇ ਕੀ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਗੋਰੀਆਂ ਚ ਕੋਈ ਅੱਗੇ ਪਿਛੇ ਉੜੀ ਜਾਂ ਤੇ ਜਿਹੜੇ ਗਰੀਬ ਲੋਕ ਨਾ ਸਾਡੇ ਜਿਹੇ ਮਜ਼ਦੂਰ ਤੇ ਟਿੱਕੇ ਲਾਉਂਦੇ ਫਿਰ ਜਾਂ ਤੇ ਟੱਕੇ ਖਾਈਏ ਬਾਹਰ ਆ ਜਾਣਾ ਆ 2 ਦਿਨ ਹੀ ਅੱਜ ਖੱਜਲ ਹੁੰਦੇ ਸਾਨੂੰ ਰਾਸ਼ਨ ਨਹੀਂ ਮਿਲਾ ਵਾ ਇੱਕ ਜਿੰਦੇ ਆਧਾਰ ਕਾਰਡ ਲਿੰਕ ਹੋਏ ਨਾ ਉਹਨੇ ਕੀ ਮਿਲਣਾ ਚਾਹੀਦਾ ਜਿਹੜੇ ਨਹੀਂ ਹੋਏ ਤੇ ਉਹਨੇ ਕੀ ਮਿਲਣਾ ਚਾਹੀਦਾ ਕਿਉਂਕਿ ਸਾਰੇ ਮਜ਼ਦੂਰਦਾਰ ਨੇ ਵਿਸ਼ਵਾਸ ਜਿੱਥੇ ਕੋਈ ਦਾ ਕੋਈ ਬਿਰਲਾ ਬਿਰਲਾ ਜਿਹੜੇ ਹਨ ਸਾਰੇ ਕੀ ਮਿਲਣਾ ਚਾਹੀਦਾ ਭੈਣ ਭਰਾ ਹੀ ਰਾਸ਼ਨ ਕਿਸੇ ਦੇ ਕੋਲ ਗਏ ਉਹਨੇ ਸਾਨੂੰ ਆਖਿਆ ਕਿ ਤੁਸੀਂ ਜਾਓ ਤਹਿਸੀਲਦਾਰਾਂ ਦੇ ਕੰਨ ਗੱਲ ਕਰੋ ਆਪੇ ਕਰ ਦੇਣ ਅਸੀਂ ਤਹਿਸੀਲਦਾਰਾਂ ਦੇ ਕੋਲ ਜਾਣਾ ਚਾਹੁੰਦੇ ਆ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਕਿ ਸਾਨੂੰ ਰਾਸ਼ਨ 3 ਦਿਨ ਮਿਲਦਾ ਸਾਨੂੰ 8-10 ਦਿਨ ਮਿਲਣਾ ਚਾਹੀਦਾ ਸਾਡੇ ਕਿ ਸਾਡੇ ਵਾਰਡ ਮੈਂਬਰ ਪੂਰੇ ਕੀ ਮਿਲਣਾ ਚਾਹੀਦਾ ਜਿੰਨੇ ਵਾਰਡ ਮੈਂਬਰ ਨੇ ਸਾਰੇ ਕੀ ਬੱਚੇ ਕੀ ਜਨਾਨੀ ਉਹਨੇ ਕੀ ਮਿਲਣਾ ਚਾਹੀਦਾ ਇਹ ਨਹੀਂ ਹੈ ਕਿ 2 ਦਿਨ ਖੁੱਲਿਆ 4 ਦਿਨ ਬੰਦ ਕਰਿਆ ਅੱਗੂ ਰਾਸ਼ਨ ਮਿਲਦਾ ਕਿ ਨਹੀਂ ਆਸ ਪਰੇਸ਼ਾਨ ਤੇ ਮਸ਼ੀਨਾਂ ਇਹਦੀਆਂ ਖਰਾਬ ਨਾ ਕਦੇ ਕਦੇ ਹੁੰਦਾ ਰਾਸ਼ਨ ਜੋਖਣੇ ਵਾਲਾ ਖਰਾਬ ਹੋ ਜਾਂਦੀ ਮਸ਼ੀਨ ਕਦੇ ਦੀ ਅੰਗੂਠਾ ਲਾਣੇ ਲਈ ਖਰਾਬ ਹੋ ਜਾਂਦੀ ਹੈ ਇਹ ਕੋਈ ਗੱਲ ਕਰੇ ਕਿ ਅਸੀਂ ਵੀ ਪਰੇਸ਼ਾਨ ਹੋਈ ਆਉਂਦੇ ਆ ਘਰਾਂ ਜਨਾਨੀਆਂ ਨਿੱਕੇ ਨਿੱਕੇ ਬੱਚੇ ਛੋੜੀ ਜਾਂਦੇ ਆ ਸਵੇਰੇ 8 ਵਜੇ ਦੇ ਆਏ ਆ ਰਾਸ਼ਨ ਕਾਰਡ ਖਲਕੇ ਬਾਜ਼ਾਰ ਜਿਹੜਾ ਹੈ ਉਰੇ ਉਧਰੋਂ ਹੈ ਬੋਲਣੇ ਆ ਅਸੀਂ ਸਾਰ ਕੋਲ ਪਹਿਲੇ ਇਹ ਡਿਮਾਂਡ ਕਰਨੇ ਆ ਕਿ ਸਾਨੂੰ ਇਹ ਰਾਸ਼ਨ ਪ੍ਰੋਪਰ ਮਿਲੇ ਜਿੰਨਾ ਮਤਲਬ ਆਇਆ ਅਗਰ ਮਹੀਨੇ ਦਾ ਆਇਆ ਮਹੀਨੇ ਦਾ ਮਿਲੇ ਕੋਈ ਜ਼ਰੂਰਤ ਨਹੀਂ ਹੈ ਸਾਨੂੰ ਮਤਲਬ ਕਿ ਅਗਰ ਫ੍ਰੀ ਰਾਸ਼ਨ ਆਇਆ ਦਾ ਤਾਂ ਫ੍ਰੀ ਕਿਹਦੇ ਵਾਸਤੇ ਆਇਆ ਗਰੀਬ ਲੋਕਾਂ ਵਾਸਤੇ ਜਿਹੜੇ ਗਰੀਬ ਭੁੱਖੇ ਮਰਾ ਦੇਣਾ ਇਹਨੇ ਕਰ ਕਿਤੇ ਦਾ ਕੀ ਹੈ ਇਹਨੇ ਪਹਿਲੇ ਸਾਨੂੰ ਆਖਿਆ ਭਲਾ ਤੁਸੀਂ ਆਪਣਾ ਆਧਾਰ ਕਾਰਡ ਲਿੰਕ ਕਰਵਾਓ ਠੀਕ ਹੈ ਆਹੇ ਲਿੰਕ ਕਰਵਾਏ ਜਿਹੜੇ ਲੋਕ ਸਾਰੇ ਪਬਲਿਕ ਸੋਚੂਗੇ ਇਸ ਸਾਰੇ ਦੇ ਆਧਾਰ ਕਾਰਡ ਲਿੰਕ ਨੇ ਸੀਡਡ ਨੇ ਇਹਦੇ ਕੋਲ ਮਤਲਬ ਡਾਕੂਮੈਂਟ ਵੀ ਹੈ ਫਿਰ ਇਹਨੇ ਆਖਿਆ ਫਿਰ ਇਹਨੇ ਆਹੇ ਕੱਲ੍ਹ ਰਾਸ਼ਨ ਕਾਰਡ ਲੈਣਗੇ ਰਾਸ਼ਨ ਲੈਣਗੇ ਤੇ ਇਹਨੇ ਅੱਗੇ ਸਾਨੂੰ ਡਿਮਾਂਡ ਕੀਤੀ ਕਿ ਹੁੰਦਾ ਬਾਇਓਮੈਟ੍ਰਿਕ ਲੱਗੇਗਾ ਆਹੇ ਆਖਿਆ ਭਲਾ ਚਲੋ ਠੀਕ ਹੈ ਬਾਇਓਮੈਟ੍ਰਿਕ ਲਗਾਓ ਬਾਇਓਮੈਟ੍ਰਿਕ ਲਗਾਉਣ ਦੀ ਕੋਸ਼ਿਸ਼ ਕਰਾ ਰਹੇ ਹਾਂ ਤੇ ਅੱਗੇ ਬਾਇਓਮੈਟ੍ਰਿਕ ਚਲਾਉਂਦਾ ਨਹੀਂ ਆਇਆ ਮਸ਼ੀਨ ਖਰਾਬ ਹੈ ਮਸ਼ੀਨ 2 ਮਿੰਟ ਚੱਲਦੀ ਹੈ ਨੈਟਵਰਕ ਨਹੀਂ ਆਉਂਦੇ 2G ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਜੀਐਨਕੇ ਵਿੱਚ 2G ਕਾਫੀ ਟਾਈਮ ਹੋਈ ਹੈ ਤੇ 4G ਚਲਾਉਂਦਾ ਨਹੀਂ ਤੇ ਉਹਦੀ ਵਜ੍ਹਾ ਕਰਨੇ ਮਤਲਬ ਬੜੀ ਜ਼ਿਆਦਾ ਪ੍ਰੋਬਲਮ ਫੇਸ ਕਰਨਾ ਪਵਾ ਰਹੀ ਹੈ ਉਹਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਕਿ ਉਹਨਾਂ ਆਈ ਜਾਈਏ ਐਂ ਕੁਦਰ ਜਾਚੇ ਆਈ ਜਾਈਏ ਐਂ ਟੀਐਸਓ ਕੋਲ ਗਏ ਜਾਚੇ ਟੀਐਸਓ ਕੋਲ ਆਏ ਆ ਤੇ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਹੈ ਅੱਗੇ ਆਹੇ ਹੁਣ ਉਹ ਕਹਿੰਦੇ ਨੇ ਕਿ ਤਹਿਸੀਲਦਾਰ ਕੋਲ ਜਾਓ ਤਹਿਸੀਲਦਾਰ ਕੋਲ ਗਏ ਆਹਾ ਜਾ ਰਹੇ ਆ ਬਟ ਲੋਕੇ ਇੰਨੀ ਕਰੋਨਾ ਵਾਰੀ ਇੰਨੀ ਕਰੋਨਾ ਮਰੀ ਆਈ ਦੀ ਹੈ ਕੋਈ ਸੋਚਣ ਵਾਲਾ ਨਹੀਂ ਹੈ ਗਵਰਨਮੈਂਟ ਡਿਪਾਰਟਮੈਂਟ ਕੀ ਸੋਚਾ ਸਾਡੇ ਬਾਰੇ ਕਿ ਲੋਕੇ ਆਮ ਜਨਤਾ ਦੀਆਂ ਖੱਜਲ ਹੋ ਰਹੀ ਹੈ ਦੇਖੋ ਮਤਲਬ ਕਿ ਕੋਈ ਦੋ ਅਲੀ ਆਦੇ 2 ਗਜ ਦੀ ਦੂਰੀ 2 ਗਜ ਦੀ ਦੂਰੀ ਕਿੱਥੇ ਹੈ ਜਿਸ ਤਰ੍ਹਾਂ ਸੀ ਇਹਨਾਂ ਨੇ ਬਾਇਓਮੈਟ੍ਰਿਕ ਦਾ ਇੰਤਜ਼ਾਮ ਕੀਤਾ ਹੈ ਉਹ ਕਿਆ ਕਹੇਗੇ ਉਹ ਠੀਕ ਹੈ ਕਿ ਗਲਤ ਹੈ ਇੱਕ ਇਨੀਸ਼ੀਏਟਿਵ ਅੱਛਾ ਹੈ ਮਤਲਬ ਗਵਰਨਮੈਂਟ ਦੇ ਦੁਆਰਾ ਅੱਛਾ ਇਨੀਸ਼ੀਏਟਿਵ ਬਟ ਇਹ ਯਹਾਂ ਪੇ ਲਾਗੂ ਹੋਤਾ ਯਹਾਂ ਪੇ ਸੈਂਸਿਟਿਵ ਲੋਕ ਰਹਤੇ ਹੈ ਯਹਾਂ ਪੇ ਹਰ ਇੱਕ ਕੁਆਲਿਟੀ ਕੇ ਬੰਦੇ ਰਹਤੇ ਹੈ ਇਹ ਨਹੀਂ ਹੈ ਕਿ ਹਮ ਇਹ ਨਹੀਂ ਬੋਲਤੇ ਕਿ ਗਲਤ ਡਿਸੀਜਨ ਲਿਆ ਗਵਰਨਮੈਂਟ ਨੇ ਗਵਰਨਮੈਂਟ ਨੇ ਅੱਛਾ ਡਿਸੀਜਨ ਲਿਆ ਇਹ ਉਨਕੇ ਲਈ ਹੈ ਜੋ ਮਤਲਬ ਕਿ ਚੋਰ ਬਜ਼ਾਰੀ ਕਰਤੇ ਥੇ ਇਹ ਤੋਂ ਡੀਲਰ ਖੁਦ ਮਿਲੇ ਹੋਤੇ ਹੈ ਪਿੱਛੇ ਸੇ ਬਲੈਕ ਦੇਤੇ ਹੈ ਔਰ ਹਮੇ ਪ੍ਰੋਬਲਮ ਫੇਸ ਕਰਨਾ ਪੜੀ ਹਮ ਲੋਗ ਆਮ ਲੋਗੋਂ ਕੋ ਹਮ ਇਹ ਤੋਂ ਇਹ ਡਿਮਾਂਡ ਕਰਦੇ ਹੈ ਗਵਰਨਮੈਂਟ ਕੇ ਸਾਹਮਣੇ ਕਿ ਮਤਲਬ ਕਿ ਹਮੇ ਰਾਸ਼ਨ ਪ੍ਰੋਵਾਈਡ ਮਿਲ ਕੀ ਜਾਏ ਔਰ ਜੋ ਕਰੋਨਾ ਵਾਇਰਸ ਆਇਆ ਹੋਇਆ ਹੈ ਇਸੇ ਲੜਨੇ ਕੇ ਲਈ ਹਮੇ ਥੋੜਾ ਮਤਲਬ ਕਿ 2 ਗਜ ਕੀ ਦੂਰੀ ਕਹਾਂ ਆਪ ਇੱਕ ਵਾਰ ਵਹਾਂ ਪੇ ਜਾਓਗੇ ਨਾ ਰਾਸ਼ਨ ਕਾਰਡ ਦੇ ਵਹਾਂ ਪੇ ਇਤਨੀ ਜ਼ਿਆਦਾ ਪ੍ਰੋਬਲਮ ਫੇਸ ਕਰਨਾ ਪੜ ਰਹੀ ਹੈ ਮਤਲਬ ਇਤਨੀ ਲਾਈਨੇ ਇਤਨੀ ਮਤਲਬ ਕਿ ਥੋੜਾ ਸਾ ਡਿਸਟੈਂਸ ਕੇ ਬੋਲਤੇ 1 ਮੀਟਰ ਕਾ ਵਹਾਂ ਪੇ 1 ਮੀਟਰ ਕਾ ਡਿਸਟੈਂਸ ਛੋੜ ਕੇ ਆਪ ਆਧਾ ਮੀਟਰ ਕਾ ਡਿਸਟੈਂਸ ਨਹੀਂ ਛੋੜ ਸਕਦੇ ਔਰ ਵਹਾਂ ਪੇ ਜੋ ਬੰਦੇ ਲਗਾਏ ਹੋਏ ਹੈ ਇੱਕ ਤੋਂ ਮਤਲਬ ਕਿ ਰਾਸ਼ਨ ਦੇਣੇ ਵਾਲਾ ਸਭ ਮਤਲਬ ਕਿ ਐਸੇ ਹੀ ਕੋਈ ਉਧਰ ਫਿਰ ਰਿਹਾ ਕੋਈ ਉਧਰ ਫਿਰ ਰਿਹਾ ਕੋਈ ਮਤਲਬ ਕੋਈ ਪ੍ਰੋਪਰ ਇਨਕਾ ਸਿਸਟਮ ਹੀ ਨਹੀਂ ਹੈ ਮੈਂ ਤਾਂ ਅੱਜ ਮੈਂ 21 ਕਾ ਹੋ ਗਿਆ ਮੈਂ 14 ਸਾਲ ਹੋ ਗਏ 14 ਮਤਲਬ 14 ਸਾਲ ਕਾ ਥਾ ਤਾਂ ਮੈਂ ਜਾਣਾ ਸਟਾਰਟ ਕੀਤਾ ਥਾ ਮੈਨੇ ਰਾਸ਼ਨ ਕਾਰਡ ਪੇ ਬਟ ਅਭੀ ਤੱਕ ਕੋਈ ਸਲੂਸ਼ਨ ਹੀ ਨਹੀਂ ਹੈ